ਅਸਲਾਮੁਅਲੈਕਮ ਜੀ, ਤੁਸੀਂ ਦੇਖ ਰਹੇ ਤੁਹਾਡਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਦੇ ਬਟਨ ਦਬਾਓ, ਕਹਿੰਦਾ ਆਨੇ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਦੋਸਤਾਂ ਦੇ ਵੀਰਾਂ ਤੱਕ ਪਹੁੰਚੋ। ਤੁਸੀਂ ਦੇਖੋ ਸਭ ਤੋਂ ਪਹਿਲੇ ਦਿੱਲੀ ਦੀ ਨਿਸਬਤ ਅੱਛੀ ਔਰ ਖੂਬਸੂਰਤ ਨੀਲੀ ਰਾਵੀ ਦੇ ਜਾਨਵਰ ਤੁਹਾਡਾ ਵੀਰ ਲੈ ਕੇ ਹਾਜ਼ਰ ਹੋਇਆ। ਅੱਜ ਤੁਹਾਡਾ ਵੀਰ ਪਿਓਰ ਨੀਲੀ ਦੀ ਚੋਟੀ ਲੈ ਕੇ ਹਾਜ਼ਰ ਹੋਇਆ ਔਰ ਮੇਰੇ ਕੈਮਰੇ ਦੀ ਨਜ਼ਰ ਹੈ, ਮਾਸ਼ਾਅੱਲਾ ਘਰੇਲੂ ਜਾਨਵਰ ਹੈ, ਘਰ ਦਾ ਜਾਨਵਰ ਹੈ, ਕੋਈ ਵਪਾਰ ਦਾ ਨਹੀਂ ਹੈ, ਜੱਟ ਜ਼ਿਮੀਦਾਰ ਬੰਦਾ ਜਿਹਦੇ ਕੋਲ ਖਲੋਤਾ ਹੈ ਔਰ ਸੋਹਣਾ ਸੁਥਰਾ ਜਾਨਵਰ ਹੈ ਔਰ ਛੋਟੀ ਮੱਖੀ ਦੀ ਔਰ ਮਾਸ਼ਾਅੱਲਾ ਸੋਹਣੀ ਸੁਥਰੀ ਮਾਸ਼ਾਅੱਲਾ ਸੋਹਣੀ ਸੁਥਰੀ ਹੈ ਔਰ ਬਰੀਕ ਬੂਥੀ ਔਰ ਪਸ਼ਮ ਬੜੀ ਖੂਬਸੂਰਤ ਹੈ ਔਰ ਸੋਹਣਾ ਸੁਥਰਾ ਜਾਨਵਰ ਹੈ। ਕੰਢ ਦੀ ਬਰਾਬਰ ਹੈ, ਇੱਕ ਕੱਢੀ ਦੀ ਹੈ ਔਰ ਪੁੱਠੇ ਟਾਕ ਪੁੱਠੇ ਸੋਹਣੇ ਨੇ ਔਰ ਮਾਸ਼ਾਅੱਲਾ ਕਿੰਨੇ ਦਿਨਾਂ ਦੀ ਸੂਈ ਹੈ। ਇਹ ਸਾਰੀ ਗੱਲ ਭਾਈ ਹੋਰਾਂ ਤੋਂ ਕਰ ਲਾਂਗੇ। ਧਾਗੇ ਵਾਂਗੂ ਪੂਛ ਹੈ, ਸੋਹਣਾ ਸੁਥਰਾ ਜਾਨਵਰ ਹੈ, ਸਾਰੇ ਆਰ ਮਾਸ਼ਾਅੱਲਾ ਨੀਲੀਆਂ ਨੇ, ਇੱਕ ਕੱਢੀ ਦੀ ਹੈ ਔਰ ਟਾਕ ਪੁੱਠਾ ਸੋਹਣਾ ਔਰ ਖੁੱਡੇ ਦੀ ਸੋਹਣੀ ਹੈ ਔਰ ਮੁੱਠ ਮੁੱਠ ਦਾ ਥਾਣੇ, ਸੋਹਣਾ ਥੋੜ੍ਹਾ ਸੁਥਰਾ ਥਾਣੇ ਔਰ ਮਾਸ਼ਾਅੱਲਾ ਸਿਰ ਤੋਂ ਸਫੈਦ ਹੈ ਔਰ ਸਿੰਘ ਮਾਸ਼ਾਅੱਲਾ ਤੁਸੀਂ ਦੇਖ ਲੈਣੇ ਤਸੱਲੀ ਕਾਲੇ, ਇੱਕ ਅੱਖ ਕਾਲੀ ਹੈ, ਇੱਕ ਚਿੱਟੀ ਹੈ, ਕੰਨ ਮਾਸ਼ਾਅੱਲਾ ਛੱਜਾਂ ਛੱਜਾਂ ਜਿੱਡੇ ਔਰ ਸੋਹਣੀ ਸੁਥਰੀ ਲਾਜਵਾਬ ਮਾਸ਼ਾਅੱਲਾ ਝੋਟੀ ਹੈ ਔਰ ਮੇਰੇ ਦੋਸਤਾਂ ਦੀ ਨਜ਼ਰ ਹੈ, ਚੁੰਨੀ ਘੋੜੀ ਬਿਲਕੁਲ ਕੋਈ ਨਹੀਂ ਔਰ ਮੁੱਠ ਮੁੱਠ ਦਾ ਥਾਣਾ, ਸੋਹਣਾ ਥਾਣੇ, ਵਿਰਲ ਵੀ ਸੋਹਣੇ ਆ ਮੇਰੇ ਦੋਸਤ ਵੀਰ, ਦੇਖ ਲੈਣ ਬਾਕੀ ਲੈਣੇ ਦੇਣੇ ਨਸੀਬ ਹੁੰਦੇ ਨੇ। ਤੁਹਾਡਾ ਵੀਰ ਤੁਹਾਡੇ ਵਾਸਤੇ ਅੱਛੇ ਔਰ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੁੰਦਾ ਰਹਿੰਦਾ ਔਰ ਮਾਸ਼ਾਅੱਲਾ ਨੀਲੀ ਦੇ ਖੂਬਸੂਰਤ ਜਾਨਵਰ ਨੇ ਔਰ ਦੋਸਤਾਂ ਵੀਰਾਂ ਦੀ ਨਜ਼ਰ ਨੇ ਔਰ ਇਸ ਟਾਈਮ ਦੀ ਆਪਣਾ ਨੇ ਚੁਆਈ ਹੋ ਚੁੱਕੀ ਹੈ ਔਰ ਸੋਹਣਾ ਸੁਥਰਾ ਜਾਨਵਰ ਹੈ, ਕਿੰਨਾ ਇਹਦੇ ਥੱਲੇ ਦੁੱਧ ਹੈ ਉਹ ਸਾਰੀਆਂ ਗੱਲਾਂ ਆਪਾਂ ਭਾਈ ਹੋਰਾਂ ਨੇ ਪੁੱਛਣਾ। ਛੱਡ ਕੇ ਥੋੜ੍ਹਾ ਟੋਰਿਆ ਜੋ ਜੀ, ਜੱਟ ਜ਼ਿਮੀਦਾਰ ਬੰਦਾ ਹੈ, ਨਿਜ਼ਾਮ ਵੇਖ ਲਓ, ਆਪਦੇ ਘਰ ਦੇ ਜਾਨਵਰ ਨੇ ਔਰ ਕੋਈ ਵਪਾਰ ਦੇ ਜਾਨਵਰ ਨਹੀਂ ਦੇ ਔਰ ਸੋਹਣੇ ਸੁਥਰੇ ਜਾਨਵਰ। ਹਮੇਸ਼ਾ ਤੁਹਾਡੇ ਭਰਾ ਦੀ ਕੋਸ਼ਿਸ਼ ਰਹੀ ਹੈ ਕਿ ਤੁਹਾਡੇ ਦੋਸਤਾਂ ਵੀਰਾਂ ਨਾਲ ਸ਼ੇਅਰ ਕਰੇ ਔਰ ਤੁਹਾਡੇ ਵਾਸਤੇ ਅੱਛੇ ਔਰ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੁੰਦਾ ਰਹੇ। ਬਾਕੀ ਰੇਟ ਦੇ ਹਵਾਲੇ ਨਾਲ ਗੱਲ ਕਰ ਲੈਂਦੇ, ਮਕੂਲ ਰੇਟ ਹੋਣਗੇ, ਮੁਹੱਬਤ ਪਿਆਰ ਵਾਲੇ ਰੇਟ ਹੋਣਗੇ, ਜ਼ਿਆਦਾ ਰੇਟ ਨਹੀਂ ਹੋਣਗੇ ਔਰ ਪੁੱਛ ਲੈਂਦੇ ਸੁਬਾਹ ਕਿਵੇਂ ਔਰ ਕੀ ਇਹਦੇ ਥੱਲੇ ਦੁੱਧ ਹੈ ਔਰ ਕੀ ਇਹਦੀ ਡਿਮਾਂਡ ਹੈ, ਉਹ ਸਾਰੀਆਂ ਗੱਲਾਂ ਭਾਈ ਹੋਰਾਂ ਨੂੰ ਹੋ ਜਾਣੀਆਂ ਔਰ ਇਨਸ਼ਾਅੱਲਾ ਐਂਡ ਤੱਕ ਵੀਡੀਓ ਦੇਖਣੀ ਹੈ ਔਰ ਜਾਨਵਰ ਦੀ ਤਸੱਲੀ ਕਰ ਲੈਣੀ ਹੈ ਕਿਉਂਕਿ ਮੇਰੇ ਭਰਾਵਾਂ ਨੇ ਪੈਸੇ ਭਰਨੇ ਹੁੰਦੇ ਨੇ, ਜਾਨਵਰ ਦੀ ਉਹਨਾਂ ਨੂੰ ਤਸੱਲੀ ਆਪ ਖੁਦ ਕਰਨੀ ਹੈ। ਸਾਡਾ ਕੰਮ ਹੈ ਵਿਖਾ ਦੇਣਾ, ਤੁਹਾਡਾ ਕੰਮ ਹੈ ਭਰਾਵਾਂ ਦਾ ਦੇਖ ਲੈਣਾ ਤਸੱਲੀ ਨਾਲ ਜਾਨਵਰ। ਬਾਕੀ ਜੋ ਹੈ ਮੇਰੇ ਦੋਸਤਾਂ ਦੀ ਨਜ਼ਰ ਮਾਸ਼ਾਅੱਲਾ ਚੱਲ ਫਿਰ ਰਹੀ ਹੈ, ਸੋਹਣਾ ਸੁਥਰਾ ਜਾਨਵਰ ਹੈ ਔਰ ਮੁੱਠ ਮੁੱਠ ਦਾ ਥਣ, ਵਿਲ ਥਣਾਂ ਦਾ ਪੂਰਾ ਔਰ ਪਿਓਰ ਨੀਲੀ ਦੀ ਹੈ ਮਾਸ਼ਾਅੱਲਾ, ਇੱਕ ਕੱਢੀ ਦੀ ਹੈ, ਸੋਹਣੀ ਸੁਥਰੀ ਹੈ ਮਾਸ਼ਾਅੱਲਾ, ਵੱਖੀ ਛੋਟੀ ਦੀ ਮਗਰ ਇਹਦੇ ਕੱਟੀ ਹੈ ਔਰ ਕਿੰਨੇ ਦਿਨਾਂ ਦੀ ਸੂਈ ਨਾੜੂਆ ਦੇ ਨਾਲ ਖੋਤਾ ਮੇਰੇ ਦੋਸਤਾਂ ਨੇ, ਮੇਰੇ ਟੋਟਲ ਕਾਲੀ ਸ਼ਾਹ ਮਾਸ਼ਾਅੱਲਾ ਕੱਟੀ, ਅੱਖ ਦੀ ਕਾਲੀ ਹੈ, ਸੋਹਣੀ ਸੁਥਰੀ ਹੈ, ਟਾਕ ਪੁੱਠਿਆਂ ਦੀ ਕੱਟੀ ਸੋਹਣੀ ਹੈ ਔਰ ਦੋਸਤਾਂ ਦੀ ਨਜ਼ਰ ਹੈ, ਪੂਛ ਥੋੜ੍ਹੀ ਚਿੱਟੀ ਹੈ, ਬਾਕੀ ਮਾਸ਼ਾਅੱਲਾ ਸੋਹਣੀ ਸੁਥਰੀ ਹੈ, ਖੁਰ ਤੋਂ ਲੈ ਕੇ ਪੁੱਠੇ ਦੀ ਵੀ ਚੋੜੀ ਹੈ ਮਾਸ਼ਾਅੱਲਾ, ਹੁਣੇ ਨਾਲ ਕੱਟੀ ਦਾ ਪੁੱਠਾ ਦੇਖ ਲਓ ਮਾਸ਼ਾਅੱਲਾ, ਸੋਹਣਾ ਸੁਥਰਾ ਪੁੱਠਾ ਹੈ ਔਰ ਸੋਹਣੇ ਮਾਸ਼ਾਅੱਲਾ ਕੱਟੀ ਹੈ, ਸੋਹਣਾ ਜਾਨਵਰ ਹੈ ਔਰ ਦੋਸਤਾਂ ਦੀ ਨਜ਼ਰ ਹੈ ਮਾਸ਼ਾਅੱਲਾ, ਪਿਓਰ ਨੀਲੀ ਦੇ ਜਾਨਵਰ ਹਮੇਸ਼ਾ ਤੁਹਾਡਾ ਦੇਸ਼ ਪੰਜਾਬ ਟੀਵੀ ਲੈ ਕੇ ਆ ਜਾਂਦਾ। ਬਾਕੀ ਸਾਰੀ ਗੱਲ ਕਰ ਲੈਣੇ ਭਾਈ, ਅਸਲਾਮੁਅਲੈਕਮ ਭਾਈ ਜਾਨ। ਵਾਅਲੈਕਮ ਸਲਾਮ, ਕੀ ਹਾਲ ਚਾਲ? ਅੱਲਾ ਦਾ ਸ਼ੁਕਰ। ਕੀ ਨਾਮ ਹੈ ਭਾਈ ਜਾਨ ਆਪਣਾ? ਹਾਂਜੀ ਸ਼ੌਕਤ ਅਲੀ ਜੀ। ਹਾਂਜੀ ਸ਼ੌਕਤ ਅਲੀ, ਆਪਣੇ ਘਰ ਦੀ ਜਾਨਵਰ? ਹਾਂਜੀ ਘਰ ਦਾ। ਤੇ ਇਹ ਕਿੰਨਾ ਸੂਆ ਸੋਇਆ ਪੱਕਾ? ਇਹ ਦੂਸਰਾ ਸੂਈ, ਦੂਸਰਾ ਸੂਈ। ਪਹਿਲੇ ਸੂਏ ਕਿੰਨਾ ਦੁੱਧ ਚੋਂਦੇ ਰਹਿ ਜਾਂਦੇ? ਪਹਿਲੇ ਸੂਏ ਚੋਂਦੇ ਰਹੇ 13-14 ਕਿਲੋ, 13-14 ਕਿਲੋ। ਇਸ ਟਾਈਮ ਹਾਜ਼ਰ ਮੁੱਕ ਕਿੰਨਾ ਦੇਰੀ, ਕਿੰਨੇ ਦਿਨਾਂ ਦੀ ਸੂਈ? ਇਹ ਇਹਨੂੰ ਹੋ ਗਿਆ 4-5 ਦਿਨ, ਇੱਥੇ ਬੋਲਿਆ ਜੇ 5 ਕਿਲੋ ਬੋਲਾ ਦਿੰਦੇ। 5 ਕਿਲੋ ਬੋਲਿਆ ਇੱਕ ਟਾਈਮ ਦਾ, ਬੱਚੇ ਨੂੰ ਛੱਡ ਕੇ ਕੱਟੀ ਨੂੰ? ਹਾਂਜੀ ਹਾਂਜੀ, ਕੱਟੀ ਨੂੰ ਛੱਡ ਕੇ 5 ਕਿਲੋ, ਮੈਂ 10 ਕਿਲੋ ਇਸ ਟਾਈਮ ਦੇ ਥੱਲੇ ਆ ਗਿਆ। ਤੇ ਮਜ਼ੀਦ ਤੁਸੀਂ ਆਂਦੇ ਜੋ ਕੀ ਜੋ ਤੋਂ ਬਾਅਦ ਕਰੇਗੀ ਦੁੱਧ, ਕਿੰਨਾ ਕਰੇਗੀ? ਬਾਅਦ ਕਰੇਗੀ 15 ਲੀਟਰ। 15 ਕਰੇਗੀ? ਹਾਂਜੀ 14-15 ਲੀਟਰ ਕਰੇਗੀ ਇਨਸ਼ਾਅੱਲਾ। ਪਿਛਲਾ ਹੀ ਦੱਸੀ ਜਾਂਦੇ ਜੀ ਕਿੰਨਾ ਪਿੱਛੇ ਕਰਦੀ ਸੀ, ਉਹਨਾਂ ਹੀ ਹੁਣ ਤੁਸੀਂ ਦੱਸਦੇ ਪਏ। ਹਾਂਜੀ ਹੁਣੇ ਵਧੇਗੀ, ਆਖਰ ਕੋਈ ਪਾਵਾਂਗੇ ਤਾਂ ਵਧੇਗੀ ਨਾ। ਠੀਕ ਹੋ ਗਿਆ। ਥਣ ਚੱਡੇ ਦੀ ਸਾਫ਼ ਹੈ ਜੀ? ਹਾਂਜੀ ਸਾਫ਼। ਥਣਾਂ ਦੀ ਗਰੰਟੀ ਆਪਣੀ? ਗਰੰਟੀ ਆਪਣੀ। ਛੱਟਾ ਫੁਆਰ ਕੋਈ ਕਿਸੇ ਕਿਸਮ ਦੀ ਕੋਈ ਹੋਵੇ ਸਾਡੀ ਵਾਪਸ ਕਰ ਦੇਵੇ, ਕੋਈ ਪਿੱਛਾ ਵੀ ਨਹੀਂ ਕੱਢਦੀ, ਹਰ ਤਰ੍ਹਾਂ ਦੀ ਆਪਣੀ ਗਰੰਟੀ ਹੈ। ਤੇ ਇਹਦਾ ਜਿਹੜਾ ਮੁੱਲ ਆਪਾਂ ਲੈ ਲੈਣਾ ਨਾ, ਆਪਣੇ ਘਰ ਦਾ ਜਾਨਵਰ ਹੈ, ਵਪਾਰ ਦਾ ਤਾਂ ਹੈਗਾ ਕੋਣੀ ਦਾ, ਮੇਰੇ ਭਰਾ ਨੇ ਜਿਹੜਾ ਲੈ ਲੈਣਾ ਨਾ ਮੁੱਲ, ਉਹ ਹੀ ਮੁਹੱਬਤ ਪਿਆਰਾ ਰੇਟ। 2,30,000। 2,30,000, ਕੋਈ ਜ਼ਿਆਦਾ ਨਹੀਂ ਦਾ।
ਮੁਹੱਬਤ ਪਿਆਰ, ਮੁਹੱਬਤ ਪਿਆਰ ਹੈ ਜਦੋਂ ਮੌਕੇ ਤੇ ਕਰਾਂਗੇ ਤਾਂ ਫਿਰ ਕਰ ਲਾਂਗੇ। ਮੌਕੇ ਤੇ ਮੁਹੱਬਤ ਪਿਆਰ ਕਰਦਾ ਜਾਨਵਰ ਏ, 2,30,000 ਰੁਪਇਆ ਰੇਟ ਏ। ਮੁਹੱਬਤ ਪਿਆਰ ਏ ਜਿਹੜੀ ਉਹ ਮੌਕੇ ਤੇ ਪਾਈ ਰਹਿੰਦੇ ਨੇ ਕਰਾਂਗੇ, ਕਿਉਂਕਿ ਰੇਟ ਹੀ ਮੁਹੱਬਤ ਪਿਆਰ ਵਾਲਾ ਕੀਤਾ ਉਹਨਾਂ ਨੇ, ਮਿਹਰਬਾਨੀ ਉਹਨਾਂ ਦੀ ਮੁਹੱਬਤ ਏ। ਬਾਕੀ ਕੋਈ ਦੇਖ ਕੇ ਮੁਹੱਬਤ ਪਿਆਰ ਵਾਲਾ ਕੀਤਾ ਪਹਿਲੇ, ਬਹੁਤ ਮਿਹਰਬਾਨੀ ਹੈ ਜੀ। ਭਾਈਜਾਨ ਸਫ਼ਰ ਕਰੀਦਾ ਅੱਛੇ ਤੇ ਖੂਬਸੂਰਤ ਜਾਨਵਰ ਲੈ ਕੇ ਆਈਂਦੇ ਨੇ, ਠੰਡ ਬੜੀ ਏ ਔਰ ਸਫ਼ਰ ਕਰਕੇ ਤੁਹਾਡਾ ਵੀਰ ਤੁਹਾਡੇ ਕੋਲ ਪਹੁੰਚਿਆ, ਇਹਦੀ ਮੁਹੱਬਤ ਪਿਆਰ ਹੋ ਜਾਏਗੀ, ਜ਼ਰੂਰ ਹੋਵੇਗੀ। ਔਰ ਨੀਲੀ ਦੇ ਜਾਨਵਰ ਹਮੇਸ਼ਾ ਤੁਹਾਡਾ ਵੀਰ ਦੀ ਕੋਸ਼ਿਸ਼ ਰਹੀ ਕਿ ਤੁਹਾਡੇ ਵੀਰਾਂ ਨਾਲ ਸ਼ੇਅਰ ਕਰਦਾ ਰਹੇ। ਔਰ ਮਾਸ਼ਾਅੱਲਾ ਅੱਜ ਵੀ ਬੜੀ ਖੂਬਸੂਰਤ ਝੋਟੀ ਏ, ਔਰ ਮੈਂ ਆਪਣੇ ਦੋਸਤਾਂ ਵੀਰਾਂ ਦੀ ਨਜ਼ਰ ਕੀਤੀ ਏ, ਤਸੱਲੀ ਕਰ ਲੈਣੀ ਏ, ਉਸ ਤੋਂ ਬਾਅਦ ਸਾਰੀਆਂ ਗੱਲਾਂ ਤੁਸੀਂ ਕਰਨੀਆਂ ਨੇ। ਆਪਦੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ, ਜੋ ਇਹਦਾ ਰੇਟ ਸ਼ੇਟ ਏ ਤੁਸੀਂ ਖੁਦ ਆਪਣਾ ਦੇਖ ਲੈਣਾ, ਤਸੱਲੀ ਕਰ ਲੈਣੀ ਜਾਨਵਰ ਦੀ। ਬਾਕੀ ਗਰੰਟੀਆਂ ਸਾਰੀਆਂ ਮਾਲਕ ਕਰਨਗੇ, ਆਪਾਂ ਦੇਣਗੇ ਇਸ ਜਾਨਵਰ ਦੀਆਂ। ਸਾਡਾ ਵਟਸਐਪ ਨੰਬਰ 0308497147 ਹੈ, ਸਾਡਾ ਵਟਸਐਪ ਨੰਬਰ ਏ, ਰਾਬਤਾ ਨੰਬਰ ਏ। ਕਿਸੇ ਦੋਸਤ ਪੁਰਾਣੇ ਪਸੰਦ ਆਉਂਦੀ ਏ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਹੈ। ਇਸ ਵੀਡੀਓ ਨਾਲ ਮੇਜ਼ਬਾਨ ਮੁਹੰਮਦ ਰਮਜ਼ਾਨ ਦੇ ਉਜਾਸ, ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।